लगता है, नमक वाले चैनल को लाइक करें और सब्सक्राइब करें और एंजॉय करें। अस्सलाम वालेकुम जी, क्या हाल है, ठीक हो सारे? वालो सो खसने हो सो वसने हो सो। आज जनाब बनासा सा मंगला डैम ऊपर वीडियो बनासा के उसने आप डैम लथे आ मेरे नाल जनाब चौधरी अदनान साहब ने। क्या हाल है गाइस, आज हम सोचा वे जड़े एक ता प्रदेश बैठे लोग उन्ना की मेपना नजारा कराए ताकि वो थोड़ी याद आ जाए डैम ना। तो दूसरी गल के जिन्ना की नहीं पता मेपर च मेपर नी ब्यूटी ना नहीं पता उस बारे में वीडियो बनानी थी, चलो तो आगे शेयर कर सकते हैं नाल है के लोगन तो सा जा रहे हैं ता ਸਾਕੀ ਨਾਲ ਚਲੋ ਪੈਰਾਂ ਸ਼ਾਰਾਂ ਨਾਲ ਪਹਿਲੇ ਦੀਦਾਰ ਵੀ ਕਰਾਉਣੇ ਆ ਤਾਂ ਅਸਾਂ ਹੈ ਕੋਈ ਮਾਲਟੇ ਛਾਟੇ ਖਾਈ ਕਿ ਨਾ ਕੋਈ ਨਰਜੀ ਸ਼ਰਜੀ ਬਾਈ ਤਾਂ ਫਿਰ ਡੈਮੇ ਜੁਲਦੇ ਆ ਨਾ ਚਾਚੇ ਹੋਰੇ ਬੁਲਾਓ ਮਾਲਟੇ ਵਾਲੇ। ਅਸਲਾਮ ਅਲੈਕੁਮ ਚਾਚੂ ਜਾਨ, ਇੱਧਰ ਆਓ। ਮਾਲਟੇ ਕਿਸਾਂ ਲਾਏ ਜੇ? ਮਾਲਟੇ ਕਿਸਾਂ ਲਾਏ? 150 ਦਾ। 150 ਦਾ ਜੀ? 150 ਇਤਨੇ ਮਹਿੰਗੇ ਕੀ ਆ? ਕਿਤਨੇ ਦੇ? ਅੱਧਾ ਦਰਜਨ ਦੇ ਜੁੜੋ। ਅੱਧਾ ਦਰਜਨ ਦੇ डैम थोड़ा लथे गड्डियां चाहिए जुलने तरफ जा ही रहे हैं। ए थोड़ा जा बिच रही गया, बाकी इतने सारे पास डैम ही डैम होना सी, डैम ही डैम। साढ़े ना चौधरी अदनान साहब मौजूद हैं, इन्हों को पुछसा इतने रहने रहने वाले सन इतों पट्टे हुए हैं तो इन्हों को थोड़ी इनफॉर्मेशन कर सकते जुली डैम करे जी। तो सूए कुट माल्टे खा के जनाब आ गए डैम पर ते तुसा की दसने आ क्या क्या कोई इतना ना सी अच्छा जी चौधरी जनान साहब ये दसने इतने केड़े सानी रहने रहन ते इन्होंने क्या कोई इतने चीज़ा सन मकान सन और कि चीज़ इन्होंने बाकी रही है ये वैसे छोटू छोटू भी खेलने होने कुछ ते उस हिसाब न फिर दसन जी। तो जहाँ पे तुसा दसो भाई तुसा कदू तक कदू रहने जो इतना। अस्सलाम वालेकुम, असल गल बड़ी पुरानी है, कोई डैम नहीं तारीख बहुत पुरानी है ते यू पता सारी है क्या दसो वो तो ठीक है माड़ी गल दसो भी टोके ना करो तारा जी। रोला ये 1986 तू है जी जीवियां तारा जी उधर ने के मिन मारियो। हां ऊंचा बोले थोड़ा ओ जड़ी नजर आई थी ए ए अली ओ जैसा झंडा लगया वो पार थोड़ी जी ज़ूम कर सो आ जा फिर। हां कहां आया जी वो साड़ी बाड़ी है। हम साड़ी जीवी तद मैं जो डैम आया ना उस ते भी साड़ी जीवी सी। अच्छा ये यूब साहब ने मेहरबानी भी आया कि डैम ना बनाई छोड़या। हां ए तंबू है 1986 ना तंबू हाल भी ताजा ताजा लग रहा है। ਇਹ ਕਹਿ ਤੁਸਾਂ ਨੂੰ ਕੋਈ ਕਬੀਲਾ ਸੀ ਤੁਹਾਡਾ ਕਾਈ ਕਬੀਲਾ ਯਾਦ ਹੈ ਕੋਈ ਤੁਰਕੀ ਨਾ ਕਿਸੇ ਹਾਂ ਉਹ ਇੱਕ ਵਾਰੀ ਇੱਥੇ ਆਇਆ ਸੀ ਤਾਂ ਉਹਨਾਂ ਨੇ ਦਾਵਤ ਕੀਤੀ ਸੀ। ਅੱਛਾ ਤਾਂ ਉਸ ਤੋਂ ਬਾਅਦ ਫਿਰ ਇੱਥੇ ਉਹ ਤੰਬੂ ਬਣਾ ਕੇ ਛੋੜ ਗਏ। ਹਾਂ ਅਨੇ ਅਸਾਂ ਤੰਬੂ ਤੋਹਫਾ ਅਸਾਂ ਦੀ ਸਕਾਫਤ ਇਹੀ ਹੋਣੀ ਆ ਨਾ ਇਹ ਤੁਸਾਂ ਦਾ ਕਬੀਲਾ ਨਹੀਂ ਸੀ ਇਹ ਕੋਈ ਸਾਡਾ ਤਾਂ ਬਹੁਤ ਬੜਾ ਕਬੀਲਾ ਸੀ ਨਾ ਜੀ ਰਾਜਾ ਜੀ ਸਾਡਾ ਤਾਂ ਜੱਟਾਂ ਦਾ ਕਬੀਲਾ ਬਹੁਤ ਬੜਾ ਸੀ। ਅੱਛਾ
ਹੁਣ ਰੋਲਾ ਇਹ ਹੈ ਕਿ ਇੱਥੇ ਡੈਮ ਸ਼ਮ ਜਦੋਂ ਨਾ ਬਣਿਆ ਮਾਸ਼ਾਅੱਲਾ ਹੁਣ ਸਾਨੂੰ ਤੱਕ ਤਾਂ ਕਈ ਟੂਰਿਸਟ ਆਏ ਹੁੰਦੇ ਨੇ ਇਸ ਟਾਈਮ ਅੱਜ ਐਤਵਾਰ ਨਾ ਦਿਨ ਸੀ ਰਾਏ ਸਾਹਿਬ ਤੁਸੀਂ ਵੀ ਟਾਈਮ ਲੱਭ ਗਿਆ ਬੜੀ ਮਿਹਰਬਾਨੀ ਤੁਸੀਂ ਆਇਓ ਇਹ ਮਾਸ਼ਾਅੱਲਾ 1986 ਤੋਂ ਇਹ ਜਿਹੜਾ ਤੰਬੂ ਪਿਆ 1986 ਨਾ ਤਾਂ ਮੈਂ 1986 ਵਿੱਚ ਇੱਥੇ ਹੀ ਆਉਣਾ ਸਾ ਇੱਥੇ ਹੀ ਆਉਣੇ ਹਾਂ ਉਮਰ ਕਿਆ ਤੁਸੀਂ ਨਹੀਂ ਉਮਰ ਬਹੁ ਹੈ ਜੀ ਵੈਸੇ ਕੈਮਰੇ ਦੇ ਫਿਲਟਰ ਬੜੇ ਆ ਗਏ ਹੁਣ ਜਿਹੜਾ ਹੁਣ ਤੁਸਾਂ ਮੇਰੀ ਤੱਕ ਲੱਗੇ ਆਮਨੇ ਸਾਹਮਣੇ ਇੱਥੋਂ ਪਤਾ ਲੱਗ ਰਿਹਾ ਕਿਤਨੀ ਏਜ ਹੈ ਹੁਣ ਕੈਮਰੇ ਵੀ ਤਾਂ ਨਹੀਂ ਨਾ ਪਤਾ ਹਾਂ ਕਿਤਨੇ ਉਮਰ ਹੋ ਸੀ ਤੁਸਾਂ ਨਹੀਂ 86 ਨਾ 88 ਕੁੱਕੜ ਵੀ ਤਾਂ ਨਹੀਂ ਕੁਰਾ ਤੁਸਾਂ ਨੇ ਓਏ ਉਹ ਦੇ ਰ ਇਹ ਕੁੱਕੜ ਵੀ ਤਾਂ ਨਹੀਂ 86 ਨਾ 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 ਜਿਸ ਹਿਸਾਬ ਨਾਲ ਛੋੜਨ ਲੱਗੇ ਉਸ ਦਾ ਇਹ ਪੁੱਲ ਛੁੱਲ ਵੀ ਇਹ ਤੁਸਾਂ ਬਣਵਾਇਆ ਸੀ ਤੁਸਾਂ ਨੇ ਕਬੀਲੇ ਨਾ ਹਾਂ ਜਿਸ ਹਿਸਾਬ ਨਾਲ ਇਸ ਨਾਲ ਕੰਮ ਜਾਰੀ ਹੈ ਇਹ ਕਬੀਲਿਆਂ ਨੇ ਖਾਤੀ ਜੀ ਜਾਸੀ ਇਹ ਸ਼ੁਰੂ ਹੋਇਆ ਮਜੀਦ ਨੇ ਦੌਰੇ ਚੋਏ ਮਜੀਦ ਸੀ ਵਜ਼ੀਰ ਆਜ਼ਮ ਸੀ ਦਾਦ ਕਸ਼ਮੀਰ ਦਾ ਅੱਛਾ ਤੁਸੀਂ ਬਿਹਤਰ ਜਾਣਦੇ ਹਾਂ ਸਿੱਖ ਸਵਾਰੀ ਵਾਲਾ ਉਸ ਤੋਂ ਬਾਅਦ ਕੋਈ ਆਨੇ ਦਲ ਦਲ ਆ ਉੱਥੇ ਉਸ ਜਗ੍ਹਾ ਤੇ ਦਲ ਦਲ ਦਾ ਗੱਡੀਆਂ ਤਾਂ ਉੱਪਰੋਂ ਜਾ ਸਕਣ ਜੀ ਥੱਲੇ ਤਾਂ ਨਹੀਂ ਜਾਣ ਲੱਗੀਆਂ ਦਲ ਦਲ ਉਹ ਜੀ ਕਿਆ ਕਰਨੇ ਉਹ ਉਸ ਪਿਲਰ ਤਾਂ ਉਹਨਾਂ ਖਿਲਾਣਾ ਨਾ ਹੁਣ ਜਿਹੜਾ ਖਿਲਾਣੇ ਵੀ ਟੁੱਟ ਜਾਣਾ ਉਹਨੇ ਆਨੇ ਤੇ ਪਾਕਿਸਤਾਨ ਮਨਜ਼ੂਰੀ ਆਪਸੀ ਕੋਈ ਪਿਲਰ ਨਾ ਮੁਤਬਾਦਲ ਲਾ ਲੋੜਿਆ ਜਾ ਸਕਦਾ ਉਹਨਾਂ ਦੇ ਪਿਲਰ ਜਿਹੜਾ ਵੀ ਸਵਾਰਨੇ ਵੜ ਜਾਣਾ ਚਲੋ ਇਹ ਫਿਰ ਲੋੜ ਨਹੀਂ ਰਹਿ ਸਨ ਹੋਰ ਦੱਸੋ ਕੋਈ ਹੋਰ ਕੋਈ ਤੁਸਾਂ ਨੇ ਘਰ ਚਾਰ ਹੋਇਆ ਸੀ ਇੱਥੇ ਕਿਹੜੀ ਪਾਸਾ ਸੀ ਲੋੜੋ ਕੋਈ ਬੱਟਾ ਚੱਟਾ ਪਿਆ ਹੋਇਆ ਘਰ ਹੁਣ ਤਾਂ ਸਨ ਮੱਲਿਆ ਮੇਟ ਹੋ ਗਿਆ ਐੜਾ ਖੰਭਾ ਲੱਗਿਆ ਹਾਂ ਇਹ ਖੰਭਾ ਸਾਂ ਲਾਇਆ ਸੀ ਇਹ ਬਾਅਦ ਚ ਵਾਪੜਾ ਲਿਆ ਆਪਣਾ ਨਾ ਤੁਣ ਕੇ ਤੇ ਉੱਪਰ ਤਾਰਾਂ ਲਾਈ ਸੀ ਇਸੇ ਇਥੋਂ ਬਿਜਲੀ ਤੁਸਾਂ ਨੇ ਜਾਣੀ ਸੀ ਅੱਛਾ ਇੱਥੇ ਹੁਣ ਸੰਕਾਰ ਦਾ ਉਹ ਤੇ ਚਲੋ ਹੁਣ ਖਤਮ ਹੋ ਗਿਆ ਫਿਰ ਬਾਅਦ ਚ ਸਾਂ ਹੁੰਦੀ ਮਤਲਬ ਵਿਦਾਇ ਹਾਲ ਇਥੇ ਲੋਕ ਮੱਛੀ ਛੱਛੀ ਵੀ ਪੋੜਨੇ ਨੇ ਜੀ ਮੱਛੀ ਜੀ ਪੋੜਨੇ ਨੇ ਜਿਸ ਤੋਂ ਥੋੜਾ ਜਿਹਾ ਉੱਠੋ ਤਕਲੀਫ ਵਾਲਾ ਦਾ ਉਹ ਸਾਹਮਣੇ ਬੰਦਾ ਉਹਨਾਂ ਜ਼ਰ ਦੱਸੋ ਕਿਹੜੇ ਕਿਹੜੇ ਬੰਦੇ ਮੱਛੀ ਪੋੜਦੇ ਤਾਂ ਮੱਛੀ ਮੱਛੀ ਤਾਂ ਸਹੀ ਪਤਾ ਫਿਰ ਡੈਮ ਨਹੀਂ ਤਾਂ ਦਾ ਮਾਸ਼ਾਅੱਲਾ ਅੱਛਾ ਹੈ ਵੀ ਤਰੋ ਤਾਜ਼ਾ ਮੱਛੀ ਦਾ ਇੱਕ ਆਨੇ ਨਾ ਮੁਕੰਮਲ ਗਜ਼ਾ ਹੈ ਯਾ ਮੁਕੰਮਲ ਮੰਗਲਾ ਡੈਮ ਨਹੀਂ ਮੱਛੀ ਤਾਂ ਬਹੁਤ ਟੇਸਟੀ ਮੱਛੀ ਹੋਣੀ ਹੈ ਜੀ ਮਾਸ਼ਾਅੱਲਾ ਇਹ ਤਾਂ ਠੇਕੇ ਹੋਣੇ ਲੋਕਾਂ ਦੇ ਅੱਛਾ ਨੋਰਮਲ ਆ ਇਹ ਠੇਕਾ ਲਾ ਲਿਆ ਪੂਰੇ ਡੈਮ ਨਾਲ ਲਾ ਲਿਆ ਹਾਂ ਉਹ ਫਿਰ ਕੋਈ ਹੋਰ ਮੱਛੀ ਨਹੀਂ ਖਾਈ ਸਕਦਾ ਹਾਂ ਲੇਕਿਨ ਇਹ ਤਾਂ ਆਹ ਨਹੀਂ ਗਲਤ ਚੀਜ਼ ਆ ਹਾਂ ਬਾਕੀ ਆਵਾਮ ਨਾਲ ਵੀ ਹੱਕ ਹੈ ਜੀ ਕਿ ਥੋੜਾ ਜਿਹਾ ਚਿਲ ਫਿਲ ਕਰਨ ਉਹਨਾਂ ਨੇ ਵੀ ਪੇੜ ਲੱਗੇ ਨਾਲ ਇਹ ਤਾਂ ਗੌਰਮੈਂਟ ਕੀ ਚਾਹੀਏ ਨਾਲ ਹੀ ਇੱਕ ਬੰਦੇ ਕੀ ਠੇਕਾ ਦੇ ਦਿੱਤਾ ਤਾਂ ਬਾਕੀ ਜਿਹੜਾ ਪਕੜਾ ਲੱਗਿਆ ਉਸਕੀ ਚਾਹ ਕੇ ਥਾਣੇ ਵਿੱਚ ਪੁਲਿਸ ਵਾਲੇ ਨਾਫਜ਼ ਕਰਦੇ ਨੇ ਕਿਆ ਆਉਂਦੇ ਨੇ ਉਸਕੀ ਤੁਸਾਂ ਦਾ ਮਾਸ਼ਾਅੱਲਾ ਅੱਲਾ ਦੀ ਕੀਤੀ ਹੈ ਉਸੀ ਨਾਫਜ਼ ਤਫਾ ਲਾ ਜਣੇ ਨਾ ਚਾਰਜ ਕਰਦੇ ਨੇ ਉਸੀ ਜਿਹੜਾ ਮੱਛੀ ਪੋੜ ਲੱਗਿਆ ਉਸਕੀ ਚੁੱਕਿਆ ਪਾਣਾ ਅੱਛਾ ਅੱਛਾ ਉਹ ਮੇ ਗੱਲ ਨਹੀਂ ਚੰਗੀ ਜੀ ਤਾਂ ਹੋਰ ਸੁਣਾਓ ਤੁਸਾਂ ਇਹ ਮੱਛੀ ਪਵੜੇ ਨੇ ਜੀ ਬੰਦੇ ਇਹਨਾਂ ਸਟਿੱਕਾਂ ਲਾਈਆਂ ਹੋਈਆਂ ਬੜੀ ਟੇਸਟੀ ਮੱਛੀ ਹੋਣੀ ਹੈ ਜੀ ਮੰਗਲਾ ਡੈਮ ਨਹੀਂ ਹੈ ਇਹ ਪੂਰਾ ਥਰੂ ਆਊਟ ਨਾਲਾ ਜਾਣਾ ਡੈਮ ਜਨੀ ਛੋਟੀ ਜੀ ਵਲੌਗ ਸਮਝੀ ਗਿਨੋ ਜਾਂ ਜੋ ਵੀ ਸਮਝੀ ਗਿਨੋ ਵੀਡੀਓ ਸੀ ਤਾਂ ਹੁਣ ਅਸਾਂ ਘਰ ਵਾਲੀ ਸਾਈਡ ਚੁੱਲ੍ਹਣੇ ਪਿਆ ਤਾਂ ਚੋਈ ਸਾਹਿਬ ਤੋਂ ਕੋਈ ਮੈਂ ਬਸ ਇੱਦਾਂ ਹੀ ਆਉਣਾ ਚਾਹੁੰਦਾ ਕਿ ਜਿਨ੍ਹਾਂ ਅਮੀਰਪੁਰ ਬਾਰੇ 'ਚ ਨਹੀਂ ਪਤਾ ਨਹੀਂ ਸੀ ਆਇਆ ਉਹਨਾਂ ਵਾਸਤੇ ਵੀਡੀਓ ਬਹੁਤ ਬਹੁਤ ਜ਼ਬਰਦਸਤ ਇਨਫੋਰਮੇਸ਼ਨ ਦਿੱਤੀ ਹੈ ਕਾਈ ਕਬੀਲਾ ਵੀ ਸਾਈਂ ਤੱਕ ਨਹੀਂ ਆਇਆ ਚਾਹੀਦਾ ਅੱਲਾਹ ਨੇ ਵਾਲਾ ਨਮਕ ਵਾਲੇ ਚੈਨਲ ਕੋ ਲਾਈਕ ਕਰੇ ਔਰ ਸਭ ਬੰਗਲਾਦੇਸ਼ ਨਾਲ ਤੇ ਨਹੀਂ ਲੱਗਣਾ ਆਪਣੀ ਦੀਵਾਰ ਨਹੀਂ ਨਹੀਂ ਕਿਆ ਬੰਗਲਾਦੇਸ਼ ਤਾਂ ਨੇੜਾ ਆ ਉਸ ਤੋਂ ਵੀ ਪਰਾਂ ਉਸ ਤੋਂ ਵੀ ਪਰਾਂ ਜਾਂਦੇ ਸੀ ਅਸਲ ਦੇ ਸਾਰੇ ਆਲਮ ਨੇ ਸਨ ਕਬੀਲੇ ਆਉਣੇ ਸਨ ਦਾਵਤ ਅੱਛਾ ਅੱਛਾ ਬੜਾ
पूरे एक फिलपाइन जितनी तो होसी ना फिलपाइन तो थोड़ा ग्रीनरी जड़ी बाहर लगी होनी है सी वो छांगा मांगा ने जंगल कैप था तुसने उत खाया थोड़ा जड़ा सी जमीन है जे चने हो सारे साहब माशाल्लाह एक बाग सी बाग जी मरते अमरूद कार लगे होने से लोग समझ बाहर वाला नहीं तो रखने सो या कार लगे कार लगे लोग समझ से ये बाग ना उन्होंने ये नहीं पता ये कार है अच्छा 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 कार बहुत बड़ा था जी तुसा को दरख्तों पर रहने जरूरत है जिला वो उनको साइको साइकोलॉजी टाइप मूवी सी था जिला उसना माइंड थोड़ा जा उसा ज्यादा करना पड़े ऊपर जाकर बैठ जाना सी तो डर गई होनी सी भाई है तो कोई चोई साहब ना साहब वो गड्डी ऑटो लॉक हुई है ते डरी गए भाई क्या क्या कुछ हुई है तुझे पता नहीं कि गड्डी ऑटो लॉक होनी है ते वो गड्डी ऑटो लॉक होनी है जी लेकिन पता क्या गल है मेरा मत भला कि ਨਾ ਜੇ ਉਹ ਟਾਰਜ਼ਨ ਨੂੰ ਕਿ ਜਿਹਾ ਸਾਂ ਨਿਕੇ ਹੋਣਾ ਇੱਕ ਫਿਲਮ ਦੇਖੀ ਹੋਣੀ ਸੀ ਯਾਦ ਕਰੋ ਤਾਰਾ ਇਹ ਤਸਾਂ ਨੇ ਚੱਕੀ ਸੀ ਟਾਰਜ਼ਨ ਕਾਰ ਵਾਲੀ ਉਹ ਜੀ ਉਹਨੇ ਅੱਬੇ ਨਹੀਂ ਨਾ ਉਸ ਨੂੰ ਵੈਸੀ ਗੱਡੀ ਪਰ ਜਾਈ ਰਿਹਾ ਸਾਂ ਸਾਂ ਇਹ ਪਾਰਟੀ ਜਾ ਰਿਹਾ ਹੈ ਜੁੜਨੇ ਆ ਨਹੀਂ ਅਸਲ ਮਾਰੀ ਨਜ਼ਰ ਵੀ ਸਾਹ ਪਿਆ ਹੈ ਉਸ ਆਈ ਨਜ਼ਰ ਲਕਾਈ ਕਬੀਲਾ ਇਤ ਆਇਆ ਸੀ ਉਸ ਟਾਈਮ ਨਹੀਂ ਮੇਰੇ ਹਾਲ ਕਮਜ਼ੋਰ ਹੋ ਉਸ ਟਾਈਮ ਥੋੜੀ ਯਾਰ ਦੇਖ ਗਏ ਸਨ ਮਸਫਾਈ ਕੋਈ ਕਿਹੜਾ ਨੁਸਖਾ ਦੇ ਗਏ ਸਨ ਉਸਨੇ ਬਾਣੇ ਆ ਸੁਦਮਾ ਜੀ ਮਿੱਟੀ ਦੇਈ ਹੈ ਕਿ ਉਹਨੇ ਇਹ ਕਹੀਂ ਬਹੁਤ ਹੋਰ ਨੰਨੇ ਹੋਈ ਜੋ ਫਿਰ ਮੰਗਿਆ ਕਰੇ ਅਜੀ ਕਾ ਬਾਣੇ ਦਾ ਤੁਸਾਂ ਵੀ ਨਜ਼ਰ ਤੁਸਾਂ ਨਹੀਂ ਕੋਈ ਗੜਬੜ ਹੈ ਕਾ ਆ ਮੈਂ ਵੀ ਦੰਦ ਸਮਝਾਰਾਂ ਜਿਲਾ ਕਿਸੇ ਵੀ ਚੀਜ਼ ਨੇ ਨਿਸਬਤ ਹੋ ਜਾਣੀ ਹੈ ਅੱਲਾ ਪਾਕ ਦੇ ਪਿਆਰੇ ਨਾਲ ਜੀ ਤੇ ਉਸ ਦਾ ਮਕਾਮ ਬੁਲੰਦ ਹੋ ਜਾਣਾ ਇਹੀ ਗੱਲ ਹੁਣ ਫੋਰ ਐਗਜ਼ਾਮਪਲ ਹੁੰਗੇ ਸ਼ੈਤਾਨ ਤੁਸਾਂ ਦੇ ਮਾਈਂਡ ਦੇ ਇਤਨਾ ਹਵੀ ਹੋ ਗਿਆ ਹੈ ਕਿ ਤੁਸਾਂ ਵੀ ਆਣਾ ਵੀ ਦਲੀਲ ਲੋ ਠੀਕ ਹੈ ਕਿ ਕੋਈ ਅੱਛੀ ਗੱਲ ਨਹੀਂ ਉਸੇ ਨਾਲ ਅੱਛੀ ਇਸ ਨੇ ਦਲੀਲ ਪਹਿਲਾ ਲੋ ਮਤਲਬ ਕੋਈ ਪਿਆਰੀ ਗੱਲ ਹੈ ਦਲੀਲ ਤਾਂ ਵੈਸੇ ਜ਼ਰੂਰੀ ਹੋਣੀ ਹੈ ਜ਼ਰੂਰੀ ਲਾਜ਼ਮ ਹੈ ਇਹ ਵੀ ਬਹੁਤ ਅੱਛੀ ਗੱਲ ਹੈ ਲੇਕਿਨ ਜਿਸ ਤਰ੍ਹਾਂ ਇੱਕ ਬੰਦਾ ਆਣਾ ਹੈ ਕਿ ਮੈਂ ਅੱਲਾ ਨਾਲ ਬਹੁਤ ਪਿਆਰ ਹੈ ਉਹ ਅੱਲਾ ਨਾਲ ਬਹੁਤ ਰਹੀਮ ਹੈ ਹੈ ਕਿਉਂਕਿ ਰਹਿਮ ਕਰਨ ਵਾਲਾ ਉਹ ਕਿਸੇ ਦਾ ਅਜ਼ਾਬ ਨਹੀਂ ਭੇਜੇਗਾ ਔਰ ਉਸ ਨਾਲ ਯਕੀਨ ਇਤਨਾ ਕਾਮਲ ਸੀ ਕਿ ਅੱਲਾ ਤਾਲਾ ਉਸ ਦਾ ਵਕਤ ਹੀ ਨਹੀਂ ਅਜ਼ਾਬ ਕਰੇਗਾ ਜੀ ਹਾਂ ਦੂਜੀ ਗੱਲ ਇਹ ਕਿ ਦਲੀਲ ਹੋ ਮੈਂ ਇਸੇ ਦੇ ਰਹਾ ਕਿ ਅੱਲਾ ਨੇ ਪਿਆਰੇ ਨਹੀਂ ਨਿਸਬਤ ਕਿਸੇ ਚੀਜ਼ ਦੀ ਨਿਸਬਤ ਅੱਲਾ ਨੇ ਪਿਆਰੇ ਨਾਲ ਹੋ ਜਾਣੀ ਹੈ ਫਿਰ ਉਸ ਵਿੱਚ ਇਸਲਾਮ ਨਾ ਹੁਕਮ ਗਿਆ ਹੈ ਜੀ ਸੈਦਨਾ ਯਾਕੂਬ ਅਲੈਹ ਇਸਲਾਮ ਮਤਲਬ ਸੈਦਨਾ ਯੂਸਫ ਅਲੈਹ ਇਸਲਾਮ ਨੇ ਵਾਲਦ ਮੁਬਾਰਕ ਨਾਲ ਕਿਹਾ ਨਾਮ ਸੀ ਕਿਸਨਾ ਹਜ਼ਰਤ ਯੂਸਫ ਅਲੈਹ ਇਸਲਾਮ ਨੇ ਵਾਲਦ ਮੁਬਾਰਕ ਜੋ ਯਾਕੂਬ ਅਤੇ ਯਾਕੂਬ ਅਲੈਹ ਇਸਲਾਮ ਨੇ ਯਾਕੂਬ ਅਲੈਹ ਇਸਲਾਮ ਸੈਦਨਾ ਯੂਸਫ ਅਲੈਹ ਇਸਲਾਮ ਦੀ ਉਹ ਕਿਆ ਨੇ ਨਗਮ ਵਿੱਚ ਰੋ ਰੋ ਕੇ ਉਹਨਾਂ ਨੇ ਬਣਾਈ ਚਲੀ ਬਣਾਈ ਚਲੀ ਹੁਣ चलो अबा जान ने बिना चले गए बहुत गमगीन हाल उन्हें अपना कुर्ता मुबारक दिता दिता ना उन्हें आख्या इस वाल साहब ने ना अबा जान ने ना चेहरा मुबारक था ना जाते हैं इसकी दे दवे ਬਾਕੀ ਗੱਲ ਬਾਅਦ ਚੋਂ ਸੀ ਉਹ ਜਿਲ੍ਹਾ ਗਏ ਤਾਂ ਹੁਣ ਕੁੜਤਾ ਹੁਣ ਜਿਲ੍ਹਾ ਯਾਕੂਬ ਅਲੈਹ ਇਸਲਾਮ ਕੋਲ ਗਿਆ ਤਾਂ ਉਸਨੇ ਖੁਸ਼ਬੂ ਪਛਾਣ ਲਈ ਵਾਲਦ ਸਾਹਿਬ ਖੁਸ਼ਬੂ ਪਛਾਣੀ ਤਾਂ ਜਿਲ੍ਹਾ ਉਹਨਾਂ ਨੇ ਚਿਹਰੇ ਦਾ ਮਸ ਹੋਇਆ ਤਾਂ ਅੱਲਾਹ ਨੂੰ ਬਣਾਈ ਆ ਗਈ ਹੁਣ ਅਕਲੀ ਤਕਾਜ਼ਾ ਉੱਥੋਂ ਜੇ ਲੋੜ ਤੋਂ ਨਾ ਇਸਲਾਮ ਵਿੱਚ ਅਕਲੀ ਤਕਾਜ਼ਾ ਨਹੀਂ ਹੁੰਦਾ ਇਸਲਾਮ ਵਿੱਚ ਜਿਹੜਾ ਇਸਲਾਮ ਦਾ ਹੁਕਮ ਆ ਗਿਆ ਬਸ ਆ ਗਿਆ ਉਸ ਤੁਸੀਂ ਆਪਣੀ ਅਕਲੀ ਦਲਾਇਲ ਨਾਲ ਲੜਾਓ ਤੁਸੀਂ ਇਸਲਾਮ ਨੇ ਦਲੀਲ ਆ ਗਈ ਹੁਣ ਇੰਜ ਹੋਇਆ ਜਿਲ੍ਹਾ ਯਾਕੂਬ ਸਾਹਿਬ ਨੇ ਬਣਾਈ ਆ ਗਈ ਤਾਂ ਉਹ ਕੁੜਤੇ ਇਸ ਗਿਆ ਸੀ ਕੁੜਤਾ ਸੀ ਹਜ਼ਰਤ ਯੂਸਫ ਅਲੈਹ ਇਸਲਾਮ ਦਾ ਉਸਨੇ ਅਹਿਮੀਅਤ ਤਾਂ ਵੜ ਗਈ ਫਿਰ ਉਹਨਾਂ ਨੇ ਬਣਾਈ ਆ ਗਈ ਹੁਣ ਕੁੜਤਾ ਕਹਿੰਦੇ ਸੀ ਸੋਚੇ ਦੀ ਗੱਲ ਲੇਕਿਨ ਅੱਲਾ ਨੇ ਪਿਆਰੇ ਨਾਲ ਨਿਸਬਤ ਸੀ ਅੱਲਾ ਉਸ ਦੀ ਸ਼ਫਾ ਵੀ ਪੈਦਾ ਕਰ ਦਿੱਤੀ ਕਿਉਂਕਿ ਅੱਲਾ ਹਰ ਚੀਜ਼ ਦਾ ਕਦਰ ਹੈ ਅੱਲਾ ਸਾਰੇ ਕੋਲ ਪੁੱਛ ਕੇ ਕੋਈ ਚੀਜ਼ ਕਰਨੀ ਕੋਣੀ ਲੋਕ ਆਨੇ ਵੀ ਨਾਊਜ਼ ਬਿੱਲਾ ਜਿਸ ਤਰ੍ਹਾਂ ਅਸਾਂ ਆ ਨਾ ਨਾਊਜ਼ ਬਿੱਲਾ ਅੱਲਾ ਤਾਲਾ ਉਸ ਤਰ੍ਹਾਂ ਨਾਊਜ਼ ਬਿੱਲਾ ਚੱਲੇ ਆਨੰਦ ਕੇ ਜਿਹਦਾ ਅਮਲ ਲੋਕ ਜਾਣੇ ਵਿੱਚ ਜਿਹੜੀ ਸਾਰੀ ਖੁਆਇਸ਼ਾਤ ਹਨ ਹਾਂ ਨਫਸਾਨੀ ਖੁਆਇਸ਼ਾਤ ਹਨ ਉਸ ਤਰ੍ਹਾਂ ਹੋਇਆ ਚੀਜ਼ ਉਸ ਤਰ੍ਹਾਂ ਚੀਜ਼ ਹਾਲਾਂਕਿ ਇਸਲਾਮ ਵਿੱਚ ਉਹ ਚੀਜ਼ ਇਹ ਮੈਂ ਕਈ ਚੀਜ਼ਾਂ ਬੰਦੇ ਨੇ ਨੋਟ ਕੀਤੀਆਂ ਨਾ ਕਿ ਕੀ ਕਰ ਰਹੇ ਹਨ ਕਿ ਆਣੇ ਜੀ ਲਾਈਕ ਲਾਈਕ ਮੈਂ ਜਿਸ ਤਰ੍ਹਾਂ ਚਾਣਿਆ ਚਾਣਾ ਜਾਂ ਚਾਣੀਆਂ
इस्लाम तो चलो है लेकिन वैसे भी आई अगला बंदा इसे तरह और मनने भी नहीं आने जी मैं असा ठीक हां ठीक असा ठीक बने हैं ਮੇਰੇ ਪਠਾਨ ਨੇ ਗਾਲੀ ਆਦਾ ਜੀ ਪਠਾਨ ਬੜੀ ਗਲਤਬੰਦ ਕੋ ਮੈਂ ਲੇਕਿਨ ਅਮਰ ਲੱਕ ਨੇ ਸ਼ੋਅ ਵੀ ਜੀ ਕਰੀ ਤਾਂ ਸਾਬ ਆਇਆ ਖਾਨ ਦਾ ਉਸ ਆਖਿਆ ਸੁਣੋ ਨਾ ਗੱਲ ਕੋਈ ਇਹ ਬੜੀ ਫਨੀ ਗੱਲ ਹੈ ਉਸ ਹੀ ਪਤਾ ਸ਼ਾਦੀਆਂ ਪਰ ਲਾ ਛੋੜਿਆ ਚਾਰ ਪੰਜ ਕਰੀ ਜੇ ਉਹ ਨਹੀਂ ਉਸ ਕੀਤਾ ਗਿਆ ਜਿਹੜਾ ਸੀ ਨਾ ਪਠਾਨ ਉਸ ਆਖਿਆ ਵੀ ਅਮਰ ਲੱਕ ਸਵਾਲ ਕੀਤਾ ਉਸ ਗਲ ਜਵਾਬ ਦਿੱਤਾ ਉਹ ਉਸ ਨਾਲ ਚਿਹਰਾ ਪਰੇਸ਼ਾਨ ਹੋਇਆ ਉਸ ਆਖਿਆ ਅਮਰ ਲੱਗ ਰਿਹਾ ਯਾਰ ਹਾਂ ਤੁਹਾਡਾ ਜਵਾਬ ਗਲਤ ਹੈ ਤੁਹਾਡੇ ਚਿਹਰੇ 'ਤੇ ਪਰੇਸ਼ਾਨੀ ਨਜ਼ਰ ਆ ਰਿਹਾ ਨਾ ਹਮੇਸ਼ਾ ਮੇਰਾ ਜਵਾਬ ਗਲਤ ਆ ਲੇਕਿਨ ਮੈਂ ਆਪਣੀ ਜ਼ੁਬਾਨ ਤੇ ਤਾਂ ਕਾਇਮ ਰਹਾ ਨਾ ਮੈਂ ਆਪਣੀ ਜ਼ੁਬਾਨ ਤੋਂ ਹੀ ਨਾ ਬਦਲੀ ਇਹ ਚੀਜ਼ ਹੈ ਕਿ ਉਹ ਦੂਸਰਾ ਕੀ ਐਸਾ ਜ਼ੁਬਾਨ ਅੱਲਾਹ ਦੀ ਰਜ਼ਾ ਕੋ ਛੜਾਣਾ ਚਾਹੀਦਾ ਨਾ ਕਿ ਮਤਲਬ ਅੱਲਾਹ ਤਾਲਾ ਐਸੇ ਐਸੇ ਸਵਾਬ ਬਣਾਣਾ ਹਜ਼ਰਤ موسی ਅਲੈਹਿਸ ਸਲਾਮ ਨੂੰ ਤੱਕੋ ਬਈ ਫਰਾਉਨ ਆ ਹੈ ਜੀ ਸਾਰੇ ਮੁੜੇ ਕਤਲ ਕਰ ਦਿਓ ਤੇ ਉਹਨਾਂ ਨੇ ਘਾਰ ਹੀ ਹੈ ਔਰ ਉਹਨਾਂ ਨੇ ਘਾਰ ਭੱਲੇ ਘਾਰ ਭੱਲੇ ਅੱਲਾਹ ਅੱਲਾਹ ਉਹਨਾਂ ਕਾਰੀ ਪੁਰਸ਼ ਵੀ ਅੱਲਾਹ ਜੀ ਇੰਜਾ ਤਾਂ ਇੰਜੀ ਸਹੀ ਨਹੀਂ ਜੀ ਸਹੀ ਕੀ ਬਾਤ ਇਹ ਚੀਜ਼ ਨਹੀਂ ਸੋਈ ਚਾਹੀਦੀ ਬਾਕੀ ਅਗਰ ਸਾ ਸ਼ੈਤਾਨ ਨਹੀਂ ਗੱਲ ਕੀਤੀ ਸੀ ਤਾਂ ਸ਼ੈਤਾਨ ਵਾਕਈ ਤੁਸਾਂ ਨੇ ਅੰਦਰ ਤਾਂ ਨਹੀਂ ਸ਼ੈਤਾਨ ਦਾ ਗੁਰ ਆਇਆ ਸ਼ੈਤਾਨ ਤੁਸਾਂ ਆਪ ਕੋ ਸ਼ੈਤਾਨ ਹੋ ਵੈਸੇ ਸ਼ੈਤਾਨ ਨਾ ਮੈਂ ਅੱਲਾ ਮਾਫ ਕਰੇ ਅਸਲ ਚ ਮੇਰੇ ਲੋਕ ਇਨਸਾਨ ਨਹੀਂ ਸਮਝਦੇ ਕਦੇ ਤੇ ਆਨੇ ਤੁਸਾਂ ਇਨਸਾਨਾਂ ਤੋਂ ਵੀ ਤੁਸਾਂ ਤਾਂ ਇਨਸਾਨਾਂ ਤੋਂ ਵੀ ਪਰੇ ਹੋ ਜਾਇਆ ਕਾਈ ਕਬੀਲੇ ਨੇ ਤੁਸਾਂ ਨਾਲ ਤਲਕ ਹੈ ਤਾਂ ਇਹਦਾ ਵੈ ਬੜਾ ਪਿਆਰਾ ਵੈਸੇ ਮਾਰਕੀ ਬਣੀ ਹੈ ਮਾਸ਼ਾਅੱਲਾ ਹਾਂ ਮਾਰਕੀ ਬਣੀ ਹੈ ਚਲੋ ਇਨਸ਼ਾਅੱਲਾ ਤੁਸਾਂ ਨਾਲ ਵਿਆਹ ਦੇ ਆ ਇਨਸ਼ਾਅੱਲਾ ਕਰਸਾਂ ਨਾ ਇਹਦਾ ਨਾਂ ਕੀ ਹੈ ਤੁਸਾਂ ਨਾਲ ਵਿਆਹ ਹੋ ਜੀ ਵੀ ਆ ਕੋ ਨਹੀਂ ਤਾਂ ਸਾਹਮਣੇ ਹੁਣ ਵਾਦੇ ਪੁਰਾਣੇ ਹੋ ਤੁਸਾਂ ਦਾ ਅਸਲ ਚ ਪਤਾ ਕਿ 86 88 ਵੀ ਜਿਹਾ ਮੰਗਿਆ ਸੀ ਇਸਲਾ ਉਹ ਵੇਲੇ ਵੀ ਨਾ ਦੋਵੇਂ ਹੀ ਦੇ ਛੜੇ 88 ਚ ਮੰਗ ਗਿਆ ਸੀ ਰਿਸ਼ਤਾ ਹਾਂ ਉਹਨਾਂ ਵੀ ਤੁਸੀਂ ਦੇ ਜੁੜਿਆ ਨਹੀਂ ਦੇੜਾ ਉਹਨਾਂ ਨੂੰ ਉਸਨੇ ਉਹਨਾਂ ਆਦੇ ਉਸਲੇ ਭਾਈ ਜੀ ਤੁਸੀਂ ਰਿਸ਼ਤਾ ਰਹਿਣ ਦਿਓ ਹਾਂ ਤੁਸੀਂ ਠੁੱਡੇ ਲੈ ਜਾਓ ਸਾਡੇ ਤੋਂ ਨਹੀਂ ਠੁੱਡੇ ਤਾਂ ਨਹੀਂ ਆਇਆ ਉਹਨਾਂ ਦੇ ਚਲੋ ਹੋਈ ਜਾ ਜੀ ਬਹੁਤ ਜਲਦੀ ਇਨਸ਼ਾਅੱਲਾ ਦੁਆ ਕਰੋ ਇਹ ਉਸਾਂ ਵੈਸੇ ਹੀ ਲੱਗੇ ਸਾਂ ਜੀ ਚਲੋ ਅਸਾਂ ਵੀਡੀਓ ਚ ਐਡ ਕਰ ਛੋੜ ਸਾਂ